ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੱਬਰ ਵਾਲੀ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਵਹਿੜਾਂ ਅਤੇ 1 ਤੁਹਾਨੂੰ ਝੋਟੀ ਤੁਹਾਨੂੰ ਦਿਖਾਉਣੀ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰਜੀ ਹੁਣਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਚੰਗੇ ਦੁੱਧ ਵਾਲੇ ਪਸ਼ੂ ਤੁਹਾਨੂੰ ਦਿਖਾਉਣੇ ਆ, ਜਦੋਂ ਵੀ ਆਈਦਾ ਵੀਰ ਜੀ ਹੁਣਾਂ ਕੋਲ ਚੰਗੇ ਦੁੱਧ ਵਾਲੇ ਪਸ਼ੂ ਜਿਹੜੇ ਹੁੰਦੇ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ, ਤੁਸੀਂ ਦੱਸੋ? ਬਸ ਆਪਣਾ ਬਹੁਤ ਕਿਰਪਾ ਵਾ ਜੀ, ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ। ਦੱਸ ਭਾਜੀ, 1-2 ਡੰਗਰ ਲਿਆਈ ਦਾ ਮਾਲ ਆਉਂਦੇ ਵੇਖਦਾ, ਹੁਣ ਵੀ ਤੁਹਾਡੇ ਸਾਹਮਣੇ ਦਾ 2 ਲੈ ਕੇ ਆਏ ਆ। ਆਹ 2 ਹੁਣ ਹੀ ਆਈਆਂ ਅੱਜ, ਹੈ ਨਾ? ਜਦੋਂ ਵੀ ਵਿਕ ਜਾਂਦਾ ਫਿਰ ਤਦੋਂ ਆਖੀ ਜਾਓ ਚਲੋ ਵੀਡੀਓ ਪਾਈਏ ਕਰਦੇ ਰਹੇ, ਫਿਰ ਮਾਲ ਵਿਕ ਜਾਂਦਾ ਤੁਹਾਨੂੰ ਫਿਰ ਨਾਮ ਪਾਏ। ਠੀਕ ਹੈ ਜੀ, ਠੀਕ। ਚਲੋ ਨਾਮ ਦੱਸਦੇ ਕਰੀਏ ਆਪਣਾ। ਨਾਮ ਭਾਜੀ ਨਰਿੰਦਰ ਸਿੰਘ। ਹਾਂਜੀ। ਪਿੰਡ ਪੱਬਰ ਵਾਲੀ, ਡਾਕਖਾਨਾ ਪ੍ਰਾਚਾਰੇ, ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ ਜੀ। ਹਾਂਜੀ, ਜਿਹੜੇ ਮਾਲਿਆਲ ਦਾ ਪੁਲ ਪੈ ਜਾਂਦਾ ਇੱਥੋਂ 2-3 ਕਿਲੋਮੀਟਰ। ਠੀਕ ਹੈ। ਜਿਹੜੇ ਫਨੇਗੜੋਂ ਆਓ ਡੇਰਾ ਰੋਡ ਤੇ, ਤਾਂ ਵੀ 2 ਕਿਲੋਮੀਟਰ, ਮਾਲਿਆਲ ਉੱਤਰ ਮੰਡੀ ਰਾਮਾ ਉੱਤਰੋਂ ਤਾਂ ਵੀ 2 ਕਿਲੋਮੀਟਰ, ਤੇ ਰਮਦਾਸ ਵੀ ਲੱਗ ਗਈ ਹੈ ਨਾ? ਰਮਦਾਸ ਹੀ ਬਿਲਕੁਲ ਨੇੜੇ। ਹਾਂਜੀ, ਤੇ ਫੋਨ ਨੰਬਰ ਬੋਲ ਦੇ ਕਰੀ। 98-552। ਹਾਂਜੀ। 31-49। ਠੀਕ ਆ, ਚਲੋ ਸ਼ੁਰੂਆਤ ਫਿਰ ਮੱਝ ਤੋਂ ਹੀ ਆਪਾਂ ਕਰ ਲਈਏ। ਸਾਰੀਆਂ ਗੱਬਣਾ ਜੇ? ਹਾਂਜੀ, ਗੱਬਣਾ 3 ਗਾਵਾਂ ਵੀ ਮੱਝ ਬਾ ਤਿਆਰ ਜੀ ਭਾਜੀ। ਠੀਕ ਹੈ, ਮੱਝ ਤਿਆਰੀ ਦੀ ਆ ਜਿਹੜੀ, ਹੈ ਨਾ? ਚੰਗੇ ਭਾਰੇ ਪੱਲੇ ਦੀ ਮੱਝ ਆ ਜਿਹੜੀ ਆ ਵੀ। ਇਹ ਪਹਿਲਾਂ ਉਧਰੋਂ ਹੀ ਆਈ ਆ ਕਿਤੇ। ਅੱਛਾ। ਤੇ 15-16 ਕਿਲੋ ਦੁੱਧ ਆਰਾਮ ਨਾਲ ਭਰਨ ਵਾਲੀ ਆ। ਅੱਛਾ। ਤੇ ਸੂਆ ਜਿਹੜਾ ਤੀਜਾ, ਤੀਸਰਾ ਸੂਆ ਹੈ ਐਵੇਂ, ਦੂਜੇ ਕਈ ਆ ਸੋਣੀ ਉਹਨੇ ਤੀਜੇ ਆ। ਠੀਕ ਹੈ, ਵੱਡੇ ਪੱਲੇ ਦੀ ਮਹੀਂ ਥਾਂ ਲੇਵਾਂਗੇ, ਸੋ ਬਹੁਤ ਤੀਜਾ ਤਿਆਰੀ ਚ ਹੀ ਆ ਜਿਹੜੀ ਪੂਰੀ। ਬਸ ਰਾਤ ਨੂੰ ਪਹਿਲਾਂ ਸਵੇਰੇ ਸੁਬੇ। ਠੀਕ ਹੈ। ਬਾਕੀ ਪੂਰੀ ਜਾਤ ਵਾਲੀ ਮੱਝ ਆ ਜਿਹੜੀ, ਲੈ ਜਾ। ਥੱਲਿਓ ਵੀ ਜਿਹੜੀ ਚੰਗੀ ਤਿਆਰ ਹੋਈ ਆ, ਇੱਕ ਵਾਰੀ ਲੈ ਵੀਰ ਜੀ ਥੱਲੇ ਨੂੰ ਉਤਾਰ ਦੋ। ਬਾਕੀ ਉਸ ਤਰ੍ਹਾਂ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਹੈ। ਹਾਂ, ਦੇਖ ਸਕਦੇ ਜੀ ਉਤਰਾ ਪੂਰੇ ਭਾਰੇ ਪੱਲੇ ਦੀ ਮੱਝ ਆ ਜਿਹੜੀ। ਠੀਕ ਹੈ, 15-16 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ। ਠੀਕ ਹੈ ਜੀ। ਤੇ ਕਿੰਨਾ ਰੱਖਣਾ ਇਹਦਾ ਫਿਰ ਮੁੱਲ ਆਪਾਂ? ਮੁੱਲ ਦੇ ਭਾਜੀ ਰੱਖ ਲਈਏ 5-1 ਦਾ। ਅੱਛਾ, 5-1-5 ਕਰੀਏ। ਠੀਕ ਹੈ, 95,000 ਹੀ ਦੇ ਦੋਗੇ? ਚਲੋ ਵਿੱਚ ਛੋਟ ਛਾਟ ਹੋਰ ਕਰ ਦੋਗੇ ਮੌਕੇ ਦੇ, ਥੋੜ੍ਹੀ ਬਹੁਤ ਛੋਟ ਜਿਹੜੀ ਉਹ ਕਰਾਂਗੇ। ਠੀਕ ਹੈ ਜੀ। ਹੁਣ ਇੱਕ ਆ ਗਾਂ ਤੁਹਾਨੂੰ ਦਿਖਾਉਣੀ ਹੈ, ਕਾਫੀ ਭਾਰੇ ਪੱਲੇ ਦੀ ਗਾਂ, ਬੜੀ ਵੱਡੀ ਮੱਛੀ ਛਿੱਗੀ ਆ। ਦੂਜਾ ਸੂਆ ਇਹਦਾ, ਥਣਾ ਦਾ ਸਾਈਜ਼ ਕਿਹੜਾ? ਠੰਡੀ ਧੀਰੀ ਵੇਖੋ, ਅਜੇ ਹੁਣੇ ਹੀ ਲੱਥੀ ਆ ਜਿਹੜੀ, ਅਜੇ ਤਾਂ ਨਵਾਈ ਵੀ ਨਹੀਂ ਆ। ਤੇ ਇਹਦਾ ਸੂਆ ਕਿਨਵਾ ਚ? ਇਹ ਦੂਜੇ ਸੂਏ ਭਾਜੀ। ਤੇ ਕਿੰਨੇ ਕ ਦੁੱਧ ਵਾਲੀ ਜੇ? ਇਹ ਭਾਜੀ ਪਹਿਲਾਂ 22-23 ਆ ਕਾ, 25 ਤੋਂ ਪਲੱਸ ਜਾਏਗੀ। ਅੱਛਾ, 25 ਤੋਂ ਪਲੱਸ ਦੁੱਧ ਜਿਹੜਾ ਅਰਕੀ ਚ ਵਾਜੂਗੀ, 25 ਲੀਟਰ ਦੇ ਆਰਾਮ ਨਾਲ ਦੇਗੀ। ਤੋਰਦੀ ਆ ਫਿਰ ਇਹਨਾਂ ਨੂੰ, ਇਹ ਉਤਰਾਂ ਜੇ ਕਿੰਨਾ ਟਾਈਮ ਲੱਗ ਜੂਗੀ? ਬਾਅਦ ਤੇ ਆ ਰਹੀ ਆ ਵੀ 2-4 ਦਿਨ। ਬਾਕੀ ਆ ਕਿ ਸੂਨ ਤੱਕ ਇਹਨੇ ਪੂਰੀ ਭਰ ਜਾਣਾ ਵਾ। ਚੰਗੇ ਕਾਟ ਵਾਲੀ ਮੱਛੀ ਆ ਗਈ, ਸੋਹਣੀ ਵੈੜ ਆ, ਪੂਰੇ ਭਾਰੇ ਪੱਲੇ ਵਾਲੀ ਵੈੜ ਆ ਜਿਹੜੀ। ਅਜੇ ਭਲਾ ਭਲਾ ਹਵਾਨੇ ਤੇ ਹੈਗੀਆਂ ਵਾ, ਅਜੇ ਹੁਣੇ ਲੱਥੀ ਆ, 5 ਮਿੰਟ ਹੀ ਹੋਏ ਇਹਨੂੰ ਗੱਡੀ ਚੋਂ ਲੱਥੀ। ਵੱਡੀ ਵੱਛੀ ਆ, ਦੰਦਾਂ ਚ ਛਿੱਗੀ ਵੱਛੀ ਆ, 6 ਦੰਦ ਆ ਜਿਹੜੀ ਮੂੰਹ। ਬਾਕੀ ਗਾਂ ਨੂੰ ਵੀ ਚੰਗੀ ਤਿਆਰ ਹੁੰਦੀ ਆ, ਪੂਰੀ ਭਰਨੀ ਆ ਸੂਨ ਤੱਕ। ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ? ਇਹਦਾ ਭਾਜੀ ਮੁੱਲ ਤਾਂ 5 ਲੱਖ ਕਰੀਏ। ਅੱਛਾ,
ਚਵਾਈ ਜਾਊਗੀ। ਸੋਹਣੇ ਪਸ਼ੂ ਆ ਜਿਹੜੇ ਸਾਰੇ ਵੀਰ ਜੀ ਹੋਣ ਦੇ ਕੋਲ। ਲੈ ਜਾਓ ਜੀ, ਬਾਕੀ ਚੰਗੀ ਤਿਆਰ ਹੁੰਦੀ ਆ। ਬਾਕੀ ਇਹ ਵੀ ਹਵਾਨਾ ਗਾਹ ਨੂੰ ਵੀ ਚੰਗਾ ਭਰਨਦੀ ਆ ਤੇ ਹਵਾਨਾ ਪਛਾਣ ਨੂੰ ਵੀ ਚੰਗਾ ਭਰਨਦੀ ਤੇ ਇਹਦਾ ਮੁੱਲ ਵੀ ਜੀ ਫਿਰ 60,000 ਆ। ਵਿੱਚੋਂ ਕਰਨਾ ਮਨ ਤਨ ਆਪਾਂ ਦੇਣ ਲੈਣ ਵਾਲੀ ਗੱਲ ਕਰੀਏ। ਅੱਛਾ 50-51,000 ਦੀ ਸਾਡੀ। ਅੱਛਾ 51,000 ਦੀ ਸਾਡ ਕਰਾਂਗੇ ਜੇ ਕੋਈ ਭਣ ਭਰਾ ਦੇਗਾ। ਠੀਕ ਹੈ, ਬਿਲਕੁਲ ਫਿਕਸ ਰੇਟ ਦਾ। ਠੀਕ ਹੈ ਜੀ। ਹਾਂਜੀ, ਅੱਗੇ ਆ ਗਈ ਜਰਸੀ ਆ ਭਾਜੀ। ਇਹ ਜਰਸੀ ਬੜੀ ਕਮਾਲ ਦੀ ਹੈ, 6 ਦੰਦ ਆ, ਦੋਂਦੀ ਸੂਈ ਪਿਰੇ ਜਿਨਾ ਕੋ ਲਈ ਆ। ਠੀਕ ਆ, ਥਣ ਦੇਖ ਸਕਦੇ ਹੋ, ਅਰੇ ਆ ਜੀ ਤੁਹਾਡੇ ਸਾਹਮਣੇ ਅਜੇ ਹੁਣੇ ਹੀ ਲੱਤੀ ਆ, ਬਾਕੀ ਸੀਲ ਠੰਡੀ ਰਹਿੰਦੀ ਗਾ ਵੇਖੋ। ਇੱਕ ਇਹ ਤੇ ਉਹ ਵੱਡੀ ਗਾਂ ਦੋਵੇਂ ਜੋੜਾ ਹੁਣੇ ਇਕੱਠਾ ਹੀ ਆਇਆ। ਠੰਡੀ ਬਹੁਤ ਆ, ਤੇ ਇੱਕ ਲਾਂਬੜ ਜਾਂ ਬਾਲੀ ਬੜੀ ਜੀ। ਤੇ ਇਹ ਕਿੰਨੇ ਕ ਦੁੱਧ ਵਾਲੀ ਜੀ? ਜਿਹੜਾ ਪਹਿਲਾਂ ਇਹ ਆ ਵੀ ਤੇ 23 ਤਰੀਕ ਨੂੰ ਇਹਦੇ 9 ਮਹੀਨੇ ਹੋਣੇ ਜੀ। ਅੱਛਾ, ਐਵੇਂ ਝੂਠ ਮਾਰ ਕੇ ਦੇਰੀ ਆ ਹਾਜ਼ਰੀ ਆ ਦਿਹਾੜੀ ਬਣ ਜਾਣੀ, ਜਿਨ੍ਹਾਂ ਕੋਲ ਲਈ ਉਹਨਾਂ ਕਾਪੀ ਵਿਖਾ ਦੀ। 23 ਦੋ ਦੰਦ 6 ਦੰਦ ਹੋ ਗਈ ਆ। ਅੱਛਾ, 20 ਲੀਟਰ ਦੁੱਧ ਇਹ ਵੀ ਆਰਾਮ ਨਾਲ ਕੱਢੀ। ਤੋਰ ਦੋ ਫਿਰ ਇਹਨਾਂ ਵੀ ਸਾਂਭੇ, ਪੂਰੀ ਸੋਹਣੀ ਆ, ਪੂਰੀ ਗੁੰਦਵੀਂ ਵੈੜ ਆ ਜਿਹੜੀ ਇਸੇ ਫਿਰ ਆਈ ਆ, ਉਹਦੇ ਕਰਕੇ ਮਾੜਾ ਜਿਹਾ ਕਰਦੀ ਆ। ਠੀਕ ਹੈ ਜੀ, ਅਜੇ ਤੇ ਇਹਦਾ ਝੱਬੂ ਵੀ ਨਹੀਂ ਬਦਲਿਆ। ਕੁਛ ਨਹੀਂ ਕੀਤਾ ਇਹਨੇ, ਤੁਹਾਡੇ ਸਾਹਮਣੇ ਕਈ ਜਾਂਦੇ ਲੇਟ ਹੋ ਗਏ। ਹਾਂਜੀ ਹਾਂਜੀ, ਉਹ ਵੀਡੀਓ ਬਣਾਉਣੀ ਸੀ, ਤੁਸੀਂ ਦੂਰ ਜਾਣਾ ਹੁੰਦਾ। ਹਾਂਜੀ ਹਾਂਜੀ, ਉਸ ਤਰ੍ਹਾਂ ਜਿਹੜੀ ਪੂਰੀ ਰਾਜੀ ਰੂਜੀ ਆ, ਸੋਹਣੇ ਪਸ਼ੂ ਆ। ਕੋਈ ਵੀਰ ਇੱਥੇ ਆ ਗਿਆ ਆਪਣੀਆਂ ਪਸੰਦ ਕਰਕੇ ਵੇਖ ਕੇ ਖੜੇ ਬੰਦ ਵੀ ਜੀ ਨੂੰ ਜਰਸੀ ਆ ਪੰਜਾਬ ਵਾਲੀ। ਤੇ ਇਹਦਾ ਮੁੱਲ ਵੀਰ ਜੀ ਫਿਰ? ਇਹਦਾ ਮੁੱਲ 65 ਕਰੀਏ ਭਾਜੀ। ਅੱਛਾ, 60 ਕਰੀਏ, ਇਹ ਵੀ 55,000 ਦੀ। 55,000 ਦੀ, ਚਲੋ ਵੀ ਜੇ ਛੋਟ ਛਾਟ ਹੋ ਜੂਗੀ, ਛੋਟ ਛਾਟ ਮੌਕੇ ਤੇ ਜਿਹੜੀ ਕਰਾਂਗੇ। ਬਹੁਤ ਮੱਛੀ ਚੰਗੀ ਆ। ਠੀਕ ਹੈ ਜੀ, ਸਾਂਭੀ ਬੜੀ ਆ, ਡਾਟਾ ਢੋ ਦਿੰਦੇ ਰਹੇ ਆ। ਠੀਕ ਹੈ ਜੀ, ਬਹੁਤ ਚੰਗੀ ਮੱਛੀ ਆ, ਜਿਹੜਾ ਵੀ ਲਏਗਾ ਵੀ ਯਾਦ ਕਰੇਗਾ। ਠੀਕ ਹੈ ਜੀ, ਹਾਂਜੀ ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ ਫਿਰ? ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਵੀ, ਜਿਹੜਾ ਤੁਸੀਂ ਸਮੇਂ ਸਿਰ ਆਣ ਕੇ ਤੇ ਵੀਡੀਓ ਬਣਾਉਂਦੇ ਹੋ, ਸਾਡੇ ਕੋਲ ਅੱਗਾ ਪਿੱਛਾ ਥੋੜਾ ਬਹੁਤਾ ਹੋ ਜਾਂਦਾ। ਠੀਕ ਹੈ ਜੀ, ਠੀਕ ਹੈ, ਭੈਣ ਭਰਾ ਫੋਨ ਲਾਏਗਾ, ਮਾਨਤਾਨ ਪੂਰਾ ਕਰਾਂਗੇ। ਠੀਕ ਹੈ, ਫੋਨ ਲਾਵੇ ਇੱਕ ਵਾਰੀ ਕੋਈ ਜ਼ਰੂਰ ਹੈ ਨਾ, ਜੇ ਕਿਸੇ ਦੇ ਪਸ਼ੂ ਪਸੰਦ ਹੁੰਦਾ
ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝਣੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।